ਅੱਛਾ ਜੀ, ਸਾਰਾ ਫਰਸ਼ ਧੋਤਾ ਵਾ, ਰੂਮ, ਇਹ ਕਿਚਨ, ਗਰਾਜ। ਅੱਛਾ ਜੀ, ਇਹ ਕਹਿੰਦਾ ਮੈਂ ਸੂਟ ਇਸਤਰੀ ਕਰ ਲਾ, ਫਿਰ ਕਰਦੀ ਸੂਟ ਇਸਤਰੀ ਕਰ ਲਾ। ਅੱਛਾ ਜੀ, ਇਹ ਸਾਰਾ ਧੋਤਾ ਵਾ, ਇਹ ਜਾਨ ਸਾਈਡ ਦੇ ਨਾਲ ਦੁਬਾਰਾ ਪਾਣੀ ਇਸ ਸਾਈਡ ਨੂੰ ਲੈ ਗਿਆ ਵਾ, ਅਤੇ ਇਹ ਸਾਰੇ ਰੂਮ ਨੂੰ ਬੇਟੀਆਂ ਸਾਫ਼ ਕੀਤੇ ਆ, ਇਹ ਵੀ ਹਾਲ ਵੀ ਸਾਫ਼ ਕਰਤਾ, ਮਹਿਮਾਨ ਆਏ ਆ, ਇਹ ਰੂਮ ਵੀ ਖਾਂਦੇ ਆ, ਇਹ ਰੂਮ ਵੀ ਬਿਲਕੁਲ ਸਾਫ਼ ਆ। ਇਹ ਦੇਖੋ ਇੱਕ ਮੰਜੀ ਇੱਥੇ ਰੱਖੀ ਹੋਈ ਆ, ਇਹ ਦਰਵਾਜ਼ਾ ਵੀ ਖੁੱਲ੍ਹ ਜਾਂਦਾ ਵਾ, ਅਤੇ ਮੰਜੀ ਅਸੀਂ ਇਸ ਸਾਈਡ 'ਤੇ ਕਰ ਲਈ ਮਸ਼ੀਨ ਰੱਖਣ ਦੀ ਵਜ੍ਹਾ ਤੋਂ। ਕਿਸੇ ਮੇਰੀ ਭੈਣ ਨੇ ਲਿਖਿਆ, ਉਹਨੇ ਕਿਹਾ ਵੀ ਜਿੱਥੇ ਡਰੈਸਿੰਗ ਪਿਆ ਇੱਥੇ ਮਸ਼ੀਨ ਰੱਖੋ, ਅਤੇ ਡਰੈਸਿੰਗ ਇੱਧਰ ਕਰੋ। ਗੱਲ ਬਿਲਕੁਲ ਠੀਕ ਆ, ਲੇਕਿਨ ਅੱਜ ਮਹਿਮਾਨ ਆ ਰਹੇ, ਇੱਕ ਦੋ ਦਿਨਾਂ ਤੱਕ ਨਾ ਇਸ ਤਰ੍ਹਾਂ ਚੇਂਜ ਕਰ ਲਾਂਗੇ। ਅਤੇ ਹੁਣ ਮੈਂ ਖਾਣਾ ਬਣਾਉਣ ਲੱਗੀ ਹਾਂ। ਅਦਨ ਮਾਰ ਜਿਆਨ ਨੇ, ਇਹਨਾਂ ਨੇ ਆਪਣੇ ਪਾਪਾ ਦੇ ਨਾਲ ਸਾਰਾ ਫਰਸ਼ ਧਵਾਇਆ ਵਾ, ਅਤੇ ਅਦਨ ਬੇਟੀ ਨੇ ਸਾਰੇ ਰੂਮਾਂ ਦੀ ਸੈਟਿੰਗਾਂ ਕੀਤੀਆਂ ਵਾ। ਇੱਥੋਂ ਵਾਲੇ ਪਾਣੀ ਕੱਢਣ ਵਾਲਾ ਵਾ ਇਸ ਬਰਾਂਡੇ 'ਚ, ਹੈ ਨਾ, ਪਾਣੀ ਕੱਢ ਕੇ, ਅਤੇ ਫਿਰ ਅਸੀਂ ਰਾਤ 4 ਰੁਪਈਆਂ ਲੱਗੀਆਂ ਸੀ ਉੱਥੇ ਬਰਾਂਡੇ 'ਚ ਕਰਦੇ ਹਾਂ। ਅਤੇ ਚਲੋ ਜੀ, ਹੁਣ ਆਹ ਰੂਮ 'ਤੇ ਸਾਡਾ ਤਕਰੀਬਨ ਇਹਦਾ ਅਸੀਂ ਯੂਜ਼ ਨਹੀਂ ਕਰਦੇ ਹੈਗੇ, ਇਹ ਸਾਫ਼ ਹੀ ਹੁੰਦਾ ਵਾ ਜਦੋਂ ਦੇਖੋ। ਹੁਣ ਬਾਹਰ ਚੱਲਦੇ ਹਾਂ, ਬਲਕਿ ਇਹ ਵੀ ਉੱਦਾਂ ਨੇ ਸਾਰਾ ਡਸਟਿੰਗ ਵਗੈਰਾ ਕੀਤੀ ਹੈ, ਝਾੜੂ ਵਗੈਰਾ ਵੀ ਸਾਰਾ ਸਾਫ਼ ਕੀਤਾ ਹੋਇਆ ਵੀ ਉੱਦਾਂ ਬੇਟੀ ਨੇ, ਸਾਰੇ ਕੰਮ ਉੱਦਾਂ ਬੇਟੀ ਨੇ ਕਰ ਲਏ ਆ। ਹੁਣ ਮਾਰ ਆਪਣੇ ਕੱਪੜੇ ਇਸਤਰੀ ਕਰਨ ਲੱਗਾ, ਨਹਾਉਣ ਲੱਗਾ ਵਾ, ਅਤੇ ਮੈਂ ਹਾਂਡੀ ਬਣਾਉਣ ਲੱਗੀ ਹਾਂ। ਅਤੇ ਅੱਛਾ, ਉੱਧਰ ਬਰਾਮਦੇ 'ਚ ਵੀ ਪਾਣੀ ਕੱਢਣ ਵਾਲਾ ਖੜ੍ਹਾ ਵਾ, ਉਹ ਦਰਮਿਆਨ 'ਚ ਖੜ੍ਹਾ ਸਾਰੇ ਇਕੱਠਾ ਹੋ ਕੇ, ਕੋਈ ਸਹੀ ਮਿੱਟੀ ਨਹੀਂ ਲੱਗਦਾ, ਲਾਈ ਉੱਦਾਂ ਹੀ ਨਿਕਲ ਰਹੀ ਸਾਰੀ। ਹਾਂ ਜਿਹੜੀ ਮਿੱਟੀ ਉਹ ਦੁਬਾਰਾ ਫਰਸ਼ ਤੋਂ ਆਈ ਆ ਉਸ ਤੋਂ ਕਿਚਨ ਵਾਲੇ ਤੋਂ। ਅੱਛਾ, ਅਤੇ ਵਾਸ਼ਰੂਮ ਸਾਰਾ ਧੋ ਕੇ ਸਾਫ਼ ਕਰ ਦਿੱਤਾ ਵਾ, ਹੁਣ ਪੌਦਿਆਂ ਨੂੰ ਪਾਣੀ ਵੀ ਲੱਗ ਰਿਹਾ ਵਾ, ਅਤੇ ਇਹਦੇ ਪਾਪਾ ਫਰੀ ਦਾ ਪਾਣੀ ਵੀ ਨਿਕਾਲ ਰਿਹਾ। ਫਰੀ ਦਾ ਪਾਣੀ ਨਿਕਾਲ ਕੇ ਨਾ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਬੇੜੀ 4 ਪਾਈ ਹਾਲ 'ਚ ਕਰ ਦਿਓ, ਦੂਸਰੀਆਂ 3 ਇੱਥੇ ਗਰਾਜ 'ਚ ਸਿਰਫ ਸਿੱਧੀਆਂ ਸਿੱਧੀਆਂ ਰੱਖ ਦਿਓ, ਅਤੇ ਦੂਸਰੇ ਬਰਾਮਦੇ 'ਚ ਨਾ ਰੱਖਿਓ, ਅਤੇ ਮੈਂ ਹਾਂਡੀ ਰੱਖ ਲਾਂ। ਅੱਛਾ ਜੀ, ਗੋਸ਼ਤ ਮੈਂ ਧੋ ਲਿਆ ਵਾ, ਅਤੇ ਹੁਣ ਮੈਂ ਹਾਂਡੀ ਰੱਖ ਲਾਂ। ਮਾਲ ਖਾਣ ਲੱਗਾ ਹਾਂ ਚਾਹ ਚਾਵਲ, ਕਿਉਂਕਿ ਰਾਤ ਅਸੀਂ ਬੋਇਲ ਕੀਤੇ ਸੀ ਪਏ ਆ। ਮੈਂ ਗੋਸ਼ਤ ਧੋ ਕੇ ਦੇਖ ਚੀਜ਼ ਪਾ ਲਿਆ ਵਾ, ਹੁਣ ਇਹ 'ਚ ਲਸਣ ਪਿਆਜ਼ ਕਰ ਦਿੱਤੀ, ਅਤੇ ਫਿਰ ਪੱਕਣਾ ਰੱਖਦੀ ਹਾਂ, ਬਲਕਿ ਇਹਨੂੰ ਪੱਕਣਾ ਰੱਖ ਦਿੰਦੀ ਹਾਂ, ਅਤੇ ਫਿਰ ਲਸਣ ਪਿਆਜ਼ ਬਣਾ ਕੇ ਵਿੱਚ ਪਾ ਲਿਆ। ਇੱਕ ਤਾਂ ਪਿਆ। ਅੱਛਾ ਜੀ, ਦੋ ਗਲਾਸ ਲੈ ਲੈ ਬੋਤਲ ਪਾਣੀਆਂ ਦੇ, ਅਤੇ ਇੱਕ ਮੈਂ ਪਲੇਟ ਲੈ ਲਈ, ਕਿਉਂਕਿ ਮੈਂ ਵਿੱਚ ਅਤੇ ਸਮਾਨ ਉਹਨੂੰ ਚਾਹੀ ਨਹੀਂ ਪੀਂਦੇ। ਨਾਲ ਤੁਹਾਡੇ ਮੀਕੋ ਦਾ ਗੁੜੀਆ ਵਾਸਤੇ ਬਿਸਕਿਟ, ਬਿਸਕਿਟ ਉਦਾਂ ਖੋਲਿਓ ਨਾ, ਨਾਲ ਰੱਖ ਦਿਓ, ਨਾਲ ਰੱਖ ਤੇ ਲੈਣੇ ਤੁਸੀਂ। ਇੱਕ ਗੱਲ ਗੁੜੀਆ ਦੇ ਨਹੀਂ ਲਿਆਉਣਾ, ਨਾਲ ਗਿਆਨ ਦੇ ਵੀ ਲਿਆਉਣਾ ਸੀ। ਨਹੀਂ, ਯਾਦ ਨਹੀਂ ਗਿਆ ਹਜ਼ਾਰ ਕਿਉਂ ਗਿਆ, ਦੋ ਬੱਚੇ ਨਹੀਂ, ਕੱਲ੍ਹ ਦੋਨੋਂ ਨੂੰ ਰਲ ਕੇ ਖਾ ਲਾਂਗੇ। ਚਲੋ, ਐਨ ਆਇਆ ਦਾ, ਅਤੇ ਹੁਣ ਬੋਤਲ ਪਾ ਲਈਏ, ਇੱਕ ਵਾਰੀ ਮੱਕਾ ਪਾਣੀ ਸਾਡੇ ਦਾ ਨਾਲ ਪਾ ਲਈਏ, ਕਿਸੇ ਨੇ ਪੀਣਾ ਹੋਵੇ। ਅੱਛਾ ਜੀ, ਸਾਰੀ ਸਾਫ਼ ਸਫਾਈ ਕਰ ਲਈ ਆ, ਕਿਚਨ ਦੀ ਰਹਿ ਗਈ, ਫਿਰ ਮੈਂ ਕਿਹਾ ਥੋੜ੍ਹੇ ਥੋੜ੍ਹੇ ਸਾਲਨ ਬਣਾ ਲਾਂ, ਮੇਰੀ ਕੁਛ ਤਬੀਅਤ ਵੀ ਠੀਕ ਨਹੀਂ ਹੈਗੀ, ਮੇਰੇ ਸਿਰ 'ਚ ਬਹੁਤ ਸ਼ਦੀਦ ਦਰਦ, ਅਤੇ ਮੈਂ ਵੀ ਇਸ ਕਰਕੇ, ਅਤੇ ਇਹ ਕਿਚਨ ਦਾ ਰਹਿ ਗਿਆ ਕੰਮ, ਮੈਂ ਕਿਹਾ ਕੋਈ ਨਹੀਂ ਇੱਦਾਂ ਹੁੰਦਾ ਘਰਾਂ, ਕਿਚਨ 'ਚ ਬਾਕੀ ਫਰਸ਼ ਤਾਂ ਸਾਰੇ ਧੋ ਦਿੱਤੇ, ਕਰਨੇ ਵਾਲਾ ਸੀ ਇਹ ਰਹਿ ਗਿਆ ਵਾ, ਜਿਹੜਾ ਅਚਾਨਕ ਘੰਟੀ ਸਾਰਾ ਕੰਮ ਕਰਨਾ ਔਖਾ ਹੋ ਜਾਂਦਾ।
ਨਾਲੇ ਇੱਕ ਹੋਰ ਵੀ ਗੱਲ ਤੁਹਾਨੂੰ ਮੈਂ ਦੱਸਾਂ, ਮੈਂ ਪਤਾ ਇਹ ਸਾਰਾ ਕੰਮ ਫਰਸ਼ ਵਗੈਰਾ ਕਿਉਂ ਛੋੜਿਆ ਸੀ, ਮੈਂ ਕਹਿੰਦਾ ਸੀ ਇਲੈਕਟ੍ਰੀਸ਼ਨ ਨੇ, ਉਹਨੇ ਵੀ ਉਹਨੇ ਉਹਨੇ ਨਾ ਸਾਰੀਆਂ ਚੀਜ਼ਾਂ ਖਿਲਾਰਨੀਆਂ, ਕੋਈ ਤਾਰ ਟੋਟਾ ਸਿੱਟ ਦਿੱਤਾ, ਕੋਈ ਕੁਛ ਸਿੱਟ ਦਿੱਤੇ, ਡਸਟ ਵੀ ਗਿਰਦੀ, ਮੈਂ ਤਾਂ ਇਹ ਸਾਰਾ ਕੁਛ ਛੋੜਿਆ ਹੋਇਆ ਸੀ। ਬਸ ਮਿੱਟੀ ਵਾਲੇ ਪੈਰ ਪਤਨੀ ਕੌਣ ਲਾ ਗਈ ਆ, ਗਿੱਲਾ ਫਰਸ਼ ਹੋਵੇ ਨਾ ਇਸ ਤਰ੍ਹਾਂ ਹੀ ਹੁੰਦਾ ਵਾ, ਟੁੱਕਰੀਆਂ ਧੁੱਪੀਆਂ ਚੱਕਣੀਆਂ, ਮੰਜੀ ਚਾਰ ਪਾਈ ਚੱਕਣੀਆਂ, ਆਹ ਹਾਲੇ ਸਾਡੇ ਕੱਪੜੇ ਸਾਰੇ ਇਸਤਰੀ ਕਰਕੇ ਚੱਕਣ ਵਾਲੇ, ਇੱਥੇ ਟੇਬਲ ਦੇ ਕੋਲ ਹੀ ਢੇਰ ਲੱਗਿਆ ਪਿਆ ਵਾ, ਬਸ ਕੀ ਕਰੀਏ, ਬੰਦਾ ਪੂਰਾ ਹੀ ਨਹੀਂ ਆਉਂਦਾ ਹੈਗਾ। ਮੈਂ ਵੀ ਜੁੱਤੀ ਆਇਆ ਸੀ, ਚਸ ਬੜੇ ਰੋਲ ਇਸ ਤਰ੍ਹਾਂ ਕੇ ਰੋਲ ਕੇ ਆਇਆ ਨਾ, ਕਦੀ ਕਿਤੇ ਜਾ ਤੇ ਕਦੀ ਕਿਤੇ ਜਾ, ਹੁਣ ਅਸੀਂ ਚਲੋ ਤੇ ਚਸ ਆ ਗਈ। ਹਾਲੇ ਤੁਸੀਂ ਸਾਹਮਣੇ ਨਹੀਂ ਬੈਠਾ ਕੋ ਪਿਆਸ ਲਿਆ ਕੇ ਨਿਕਾਣੇ, ਨੀਂਦ ਬੜੀ ਨਾ ਸਕੂਨ ਹੈਗਾ, ਪਰ ਪੈਸੇ ਲਾ ਗਏ ਜਿਹੜੇ ਸੋਬਿਆਸੀ ਵਿੱਚ ਸਾਡਾ ਪਾਣੀ ਨਹੀਂ ਨਹੀਂ ਇਹ ਰਿਆਨ ਦੀ ਬੋਤਲ ਹੈ, ਸਾਡਾ ਪੜਤ ਵੀ ਪੀਣਾ, ਸਾਡਾ ਪਾਣੀ ਨਹੀਂ ਬੋਤਲ ਨਹੀਂ ਹੱਥ ਨਹੀਂ, ਕਿਉਂ ਸਾਡਾ ਤੇ ਰੋਤੇ ਬੋਤਲ ਨਹੀਂ ਸਾਡਾ ਪਾਣੀ, ਬਸ ਰਹਿ ਲਓ ਨਹੀਂ ਨਹੀਂ ਲਿਆ ਕੋਈ, ਫਿਰ ਬਸ ਉਹ ਵੀ ਪੀਲੇ ਲਿਆ ਕੇ ਤੇ ਬੱਚਿਆਂ ਨੂੰ ਰੋਣਾ ਹੀ ਹੁਣ ਆ ਬਣ ਮਾਇਆ ਨੇ ਕਿਹੜੀ ਸ਼ੈ ਖਾਣੀ ਹੈ, ਤੇ ਇਹ ਤੂੰ ਭਈਆ ਕਿਹ ਦੇ ਦਿਓ ਚਸ਼ਮਾ ਨਹੀਂ ਕੋਤੇ ਕਰ ਭਈਆ ਕਿਹ ਦੇ ਦਿਓ, ਮੈਂ ਕਿਹਾ ਚਾਹੇ ਵੀ ਨਹੀਂ ਪੀਂਦੇ ਤੇ ਪਤਾ ਨਹੀਂ ਮਹਿਮਾਨ ਸਾਡੇ ਜਿਹੜੇ ਆ ਰਹੇ ਨੇ ਖਾਂਦੇ ਪੀਂਦੇ ਘੱਟੇ ਹੀ ਨਹੀਂ, ਮੈਂ ਬਾਹਰ ਦਾ ਜਿਹੜਾ ਕਿ ਜੋ ਕੋਈ ਤੁਸੀਂ ਆਪਣੇ ਵਾਸਤੇ ਪਕਾਇਆ ਸੀ ਉਹ ਖਾਣਾ ਸਾਰੀ ਨਹੀਂ ਸਮਾਨ, ਇੱਕ ਦੋ ਦਫਾ ਅੱਗੇ ਵੀ ਇੱਕ ਦਫਾ ਸ਼ਾਇਦ ਆਇਆ ਵਾ ਮੇਰੇ ਕੋਲ, ਇਹ ਕੋਈ ਚੀਜ਼ ਖਾਂਦਾ ਨਹੀਂ ਹੈ, ਫਿਰ ਮੈਂ ਕਿਹਾ ਵੀ ਪਰਾਉਣੇ ਦਾ ਫਿਕਰ ਰਹਿੰਦਾ ਵੀ ਕੋਈ ਕੁਝ ਖਾਂਦਾ ਨਹੀਂ ਹੈ ਠੀਕ ਠਾਕ, ਤੁਸੀਂ ਸੁਣਾਓ, ਜ਼ਬਰਦਸਤ ਫਸਟ ਕਲਾਸ, ਮੈਂ ਅਨਾਇਆ ਦੀ ਖੁਸ਼ੀ ਵੱਲ ਦੇਖ ਰਿਹਾ, ਅਨਾਇਆ ਮਾਸ਼ਾਅੱਲਾ ਜਿਹੜਾ ਨਾ ਜਦੋਂ ਜ਼ਿਆਨ ਛੋਟਾ ਹੁੰਦਾ ਸੀ ਨਾ ਤੇ ਹਮੇਰਾ ਦੇ ਘਰ ਜਾਣਾ ਤੇ ਇਹਨੇ ਇੰਨਾ ਖੁਸ਼ ਹੋਣਾ, ਏ ਸੀ ਚੱਲ ਜਾਣਾ, ਹਾਂਜੀ ਬੜੀ ਖੁਸ਼ ਇਦਾਂ ਹੀ ਹੈ, ਸਹੀ ਹੈ। ਅੱਛਾ ਇਹ ਸੜਕ ਇੰਨੀ ਮਾੜੀ ਨਹੀਂ ਹੈਗੀ, ਇਹ ਸੜਕ ਠੀਕ ਹੈ ਜਿਹੜੀ, ਕਿ ਉਹ ਵਾਲੀ ਖਰਾਬ ਆ, ਉਹ ਖਰਾਬ ਕਿਹੜਾ, ਹਾਂ ਹਾਂ ਤੁਸੀਂ ਕਿੱਧਰੋਂ ਜਾਣਾ, ਨਹੀਂ ਅੰਮੀ ਵਿਚਾਰੀ ਫਿਰ
ਨਾਲੇ ਗਰਮੀ ਤੇ ਨਾਲੇ ਨਹੀਂ ਆਂਦੀ ਨਹੀਂ ਗਰਮੀ ਕੁਛ ਨਹੀਂ ਆਉਂਦੀ ਬਸ ਜੇ ਪੈ ਨੇ ਚਲੀ ਦੇ ਹਾਂ ਤਾਂ ਠੀਕ ਹੋ ਨਹੀਂ ਜੇ ਗੋਲ ਰੱਖਾਂਦੇ ਹੋ ਤੇ ਠੀਕ ਆ ਆ ਬੋਡੇ ਸੋਚ ਸੋਚ ਕੇ ਇੱਥੇ ਕਿੱਥੇ ਜੇ ਪੈ ਤੇ ਯੂਰੋ ਕਸਤੇ ਨਹੀਂ ਪਿਆ ਰਹੇ ਯੂਰੋ ਕਸਤੇ ਨਹੀਂ ਬੰਦੇ ਮਾਰ ਜਾਂਦੇ ਨੇ ਜੋ ਆਇਆ ਖਾਂਦੇ ਹੋ ਤੇ ਠੀਕ ਹੈ ਤੇ ਤੇ ਫਿਰ ਉਹ ਆਉਂਦੇ ਯੂਰੋ ਕਸਤੇ ਸਾਰਾ ਲੜਿਆ ਪਿਆ ਜੀ ਬਾਈ ਹੁਣੀ ਪਹੁੰਚ ਗਏ ਨੇ ਅਤੇ ਬਾਈ ਹੁਣੀ ਜਿਹੜਾ ਨਾ ਬੈਠ ਕੇ ਇਹਨਾਂ ਦੀ ਫਿਟਿੰਗ ਜਿਹੜੀ ਆ ਉਹ ਕਰਨਗੇ। ਮੈਂ ਨਾ ਤਕਰੀਬਨ ਗਿਣ ਕੇ ਲੈ ਕੇ ਗਿਆ ਸੀ ਲਾਈਟਾਂ, ਅਤੇ ਫਿਰ ਮੈਂ ਪੀਸ ਨਾ ਵੱਧ ਲਿਆਉਂਦੇ ਸੀ ਇਸ ਕਰਕੇ ਕਿ ਉਹ ਮੈਂ ਕਿਹਾ ਉਹ ਪਰਲੀ ਸਾਈਡ 'ਤੇ ਵੀ ਲੱਗ ਜਾਣਗੇ, ਠੀਕ ਹੈ ਨਾ। ਅਤੇ ਇੱਥੇ ਤਕਰੀਬਨ ਇਹ 320 ਰੁਪਏ 350 ਰੁਪਏ ਦਿੰਦੇ ਆ, ਹਾਂ 265 ਰੁਪਏ ਹੈ, ਸਹੀ ਲੱਭ ਗਈ ਹਾਂਜੀ ਕੰਪਨੀ ਦੀ। ਦੂਸਰੀਆਂ ਤਾਂ 130 ਰੁਪਈਏ 125 ਰੁਪਈਏ 'ਚ ਦਿੰਦੇ ਸੀ, ਹੈਂ ਹਾਂਜੀ 130 ਰੁਪਈਏ 125 ਰੁਪਈਏ। ਉਹ ਤਾਂ ਬੰਦਾ ਇਸ ਤਰ੍ਹਾਂ ਹੀ ਲਵਾ ਕੇ ਨਾ ਹੈਲੋ, ਅਤੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਫਿਰ ਮਿਸਤਰੀ ਨੂੰ ਕਹੋ ਵੀ ਆ ਜਾ ਵੀ ਇੱਕ ਹੋਰ ਟੰਗ 'ਤੇ, ਠੀਕ ਆ। ਅਤੇ ਇੱਕ ਓਰੀਐਂਟ ਦੀ ਸੀ, ਉਹ ਬੜੀ ਪਿਆਰੀ ਸੀ ਓਰੀਐਂਟ ਦੇ, ਉਹਦੇ ਵਿੱਚ ਇਸ ਤਰ੍ਹਾਂ ਸ਼ੇਡ ਸੀ, ਇਸ ਤਰ੍ਹਾਂ ਵਿੱਚ ਲਕੀਰਾਂ ਸੀ, ਦੋ ਲਕੀਰਾਂ ਸੀ, ਉਹ ਮਿਲਦੀ ਸੀ 350 ਰੁਪਏ ਤੋਂ ਕੰਮ ਨਹੀਂ ਸੀ ਮਿਲਦੀ, ਠੀਕ ਆ ਨਾ। ਅਸੀਂ ਕਿਹਾ ਵੀ ਹਾਂਜੀ ਉਹ 350 ਰੁਪਏ ਦਾ ਇੱਕ ਪੀਸ ਮਿਲਦਾ ਸੀ, ਮੈਂ ਫਿਰ ਇਸ ਕਰਕੇ ਮੈਂ ਕਿਹਾ ਵੀ ਇਹ ਠੀਕ ਰਹਿਣਾ। ਇਹ ਗਲਾਸ ਲੈਦਾ ਕਰ ਦਿਓ, ਠੀਕ ਹੈ। ਅੱਛਾ ਤੁਸੀਂ ਇਲੈਕਟ੍ਰੀਸ਼ਨ ਭਾਈਆਂ ਦੀ ਚਾਏ ਬਣਾਓ, ਠੀਕ ਹੈ ਨਾ, ਅਤੇ ਉਹਨਾਂ ਨੂੰ ਚਾਏ ਪਿਲਾਈਏ, ਪਾਣੀ ਪਿਲਾ ਦਿੱਤਾ ਉਹਨਾਂ ਨੂੰ, ਅਤੇ ਫਿਰ ਖਾਣਾ ਦੁਪਹਿਰ ਨੂੰ ਦੇਵਾਂਗੇ। ਅੱਛਾ ਜੀ ਬਾਹਰ ਖਾਣਾ ਬਣਾ ਰਹੀ ਹਾਂ ਅਤੇ ਚਾਹ ਬਣਾ ਰਹੀ ਹਾਂ, ਬਟ ਸਾਰਾ ਲੱਗਿਆ ਹੋਇਆ ਵਾ, ਅਤੇ ਮੈਂ ਵੀ ਇਸਤੇ ਸੁਮਾ ਅਤੇ ਦੋਨੋਂ ਚਾਹ ਪੀਣ ਦੇ ਨਹੀਂ ਹੈਗਾ, ਪੁੱਛ ਕੇ ਉਹਨਾਂ ਤਾਂ ਸਾਡੀ ਨਾਲ ਵਾਲੀ ਬਣਾਉਣੀ ਸੀ, ਅਤੇ ਫਿਰ ਹੁਣ ਮੈਂ ਇਲੈਕਟ੍ਰੀਸ਼ਨ ਭਾਈ ਨੂੰ ਚਾਹ ਬਣਾ ਕੇ ਦਿੰਦੀ ਹਾਂ, ਅਤੇ ਸਾਰਾ ਲੱਗਿਆ ਉਸ ਤੋਂ ਬਾਅਦ ਰੋਟੀਆਂ ਬਣਾ ਲੈਂਦੀ ਹਾਂ, ਮਹਿਮਾਨਾਂ ਵੀ ਦੇਵਾਂਗੇ, ਉਹਨਾਂ ਨੂੰ ਵੀ ਦੇਵਾਂਗੇ ਸਾਰਿਆਂ ਨੂੰ, ਅਤੇ ਅੱਜ ਸਾਰੇ ਇਹਨਾਂ ਮਸਰੂਫੀਆਂ 'ਚ ਲੈਂਦੀ ਵੀ, ਕਿਉਂਕਿ ਕਿਸੇ ਨੂੰ ਚਾਹ ਪਾਣੀ ਸਾਰਾ ਕੁਝ ਜ਼ਰੂਰਤ ਹੁੰਦੀ ਆ, ਅਤੇ ਪਾਣੀ ਹੈ ਉਹ ਘਰ ਲਵਾਵੇ ਇੰਨਾ ਕਰ ਲਓ ਜੇ ਅੱਜ ਜ਼ਿਆਦਾ ਲੋੜ। ਇਹ ਕੂਲਰ ਵੀ ਫੁੱਲ ਆ, ਕੈਨ ਵੀ ਕੱਲ੍ਹ ਸ਼ਾਮੀ ਭਰ ਕੇ ਲਿਆਂਦੀ ਆ, ਅਤੇ ਬਰਫ਼ ਪਾ ਕੇ ਅਤੇ ਜਿਹੜਾ ਨਾ ਇਹ ਠੰਡਾ ਕਰ ਲਾਂਗੇ। ਅਦਨ ਉਹਦਾ ਅੱਗੇ ਪਿੱਛੇ ਅਦਨ ਸਵੇਰ ਦਾ ਸਾਰੇ ਕੰਮ ਕੀਤਾ, ਜਦੋਂ ਹੁਣ ਆਇਆ ਆਈ ਗਿਆ ਬਸ ਹੁਣ ਇਹਨੂੰ ਨਾਇਆ ਨਹੀਂ ਖੇਡਣਾ, ਹੁਣ ਨਹੀਂ ਕੋਈ ਆ ਗਿਆ ਨਾ ਬਸ ਫਿਰ ਬੱਚੇ ਆ ਖੇਡੀ ਜਾਂਦੀ ਹੈ, ਹਾਂਜੀ ਫਿਰ ਨਹੀਂ ਉਹਨੇ ਕੋਈ ਵੀ ਕੰਮ ਕਰਾਉਣਾ, ਚੱਲ ਕੋਈ ਨਹੀਂ ਗਰਮੀ ਹੈ ਮੈਂ ਕਰ ਲੈਂਦੀ। ਅੱਛਾ ਜੀ ਬੱਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਆਪਣੀਆਂ ਆਪਣੀਆਂ
ਹੈਂ ਤਾਰਾਂ ਜਿਹੜੀਆਂ ਬੱਸੀਆਂ ਹਾਂ ਉਹ ਫੜ ਕੇ ਲੈ ਕੇ ਛੋੜੇ ਦੇ ਪਿਆ ਫੜ ਇੱਥੇ ਪਿਆ ਹੁਣ ਜੀ ਮੈਂ ਕਿਹਾ ਸੀ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਮੈਂ ਕਿਹਾ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਨਾ ਸਾਰਾ ਘਰ ਡੈਕੋਰੇਟ ਇਨਸ਼ਾਲਾ ਕਰ ਦਿਆਂਗੇ ਲਾਈਟਾਂ ਲੱਗਣੀਆਂ ਸ਼ੁਰੂ ਹੋ ਗਈਆਂ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ ਮਾਸ਼ਾਅੱਲਾ ਜੀ ਬਹੁਤ ਖੁਸ਼ੀ ਹੋਈ ਆ ਅੱਲਾਹ ਤਾਲਾ ਨੇ ਜਿਹੜਾ ਨਾ ਹੈ ਲਾਈਟਿੰਗ ਵਾਲਾ ਵੀ ਸਿਸਟਮ ਜਿਹੜਾ ਨਾ ਉਹ ਸ਼ੁਰੂ ਹੋ ਗਿਆ ਇਨਸ਼ਾਅੱਲਾ ਸਾਡਾ ਘਰ ਹੋਰ ਵੀ ਜ਼ਿਆਦਾ ਪਿਆਰਾ ਲੱਗਣਾ ਸ਼ੁਰੂ ਹੋ ਜਾਏਗਾ ਹਾਂਜੀ ਤੁਹਾਡਾ ਕੱਲ੍ਹ ਦਾ ਦੋ ਵਾਰੀ ਪੁੱਛਿਆ ਉਹਨਾਂ ਨੇ ਹਾਂਜੀ ਉਹਨਾਂ ਕਿਹਾ ਆਇਆ ਨਹੀਂ ਮੈਂ ਕਿਹਾ ਵੀ ਕੱਲ੍ਹ ਦਾ ਅਤੇ ਕੱਲ੍ਹ ਦਾ ਟਾਈਮ ਦੇ ਜਾ ਰਿਹਾ ਰੋਜ਼ਾਨਾ ਉਹਦੀ ਕੱਲ੍ਹ ਹੁੰਦੀ ਆ ਅਤੇ ਦੇਖੀ ਜਾਂਦੀ ਆ ਮੈਂ ਕਿਹਾ ਵੀ ਮੈਂ ਵੀ ਉਹਨੂੰ ਨਹੀਂ ਆਖਿਆ ਕਿ ਚਲੋ ਠੀਕ ਆ ਜਿੱਦਣ ਉਹ ਕੱਲ੍ਹ ਕਹਿ ਦਿੰਦਾ ਉੱਦਣ ਹੀ ਮੈਂ ਕਹਿ ਦਿੰਦਾ ਠੀਕ ਆ ਬਾਕੀ ਜ਼ਿੰਦਗੀ ਦੇ ਨਾਲ ਨਾਲ ਹੀ ਜਿਹੜਾ ਜੀ ਸਾਰੇ ਕੰਮ ਹੁੰਦੇ ਰਹਿੰਦੇ ਆ ਅਤੇ ਇਨਸ਼ਾਅੱਲਾ ਬਹੁਤ ਪਿਆਰਾ ਦੇਖੋ ਅੱਗੇ ਨਾਲੋਂ ਕਿੰਨਾ ਖੂਬਸੂਰਤ ਜਿਹੜਾ ਨਾ ਉਹ ਲੱਗਣਾ ਸ਼ੁਰੂ ਹੋ ਗਿਆ ਭਾਈ ਹੋਣੀ ਜਿਹੜੇ ਆ ਨਾ ਉਹ ਲਾਈਟਿੰਗ ਲਗਾ ਰਹੇ ਨੇ ਅਤੇ ਇਹਨਾਂ ਦਾ ਨਾ ਪਹਿਲੇ ਅਸੀਂ ਕਹਿੰਦੇ ਸੀ ਕਿ ਈਦ 'ਤੇ ਸਾਡਾ ਜਿਹੜਾ ਨਾ ਇਹ ਕੰਮ ਤਕਰੀਬਨ ਫਾਈਨਲ ਹੋ ਜਾਏਗਾ ਨਾ ਈਦ ਤੋਂ ਪਹਿਲੇ ਪਹਿਲੇ ਅਤੇ ਸਾਡੇ ਨਾ ਯਾਨੀ ਕਿ ਘਰ ਖੂਬਸੂਰਤ ਲੱਗਣ ਲੱਗ ਜਾਏਗਾ ਈਦ 'ਤੇ ਮਹਿਮਾਨ ਵੀ ਆਉਂਦੇ ਆ ਰਿਸ਼ਤੇਦਾਰ ਵੀ ਆਉਂਦੇ ਆ ਅਤੇ ਉਹ ਨਾ ਵਜ੍ਹਾ ਇਹ ਬਣੀ ਕਿ ਭਾਈ ਹੁਣੀ ਬਿਮਾਰ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਆ ਸਕਦਾ ਅਤੇ ਹੁਣ ਫਿਰ ਮੈਂ ਭਾਈ ਹੁਣਾਂ ਨੂੰ ਆਖਿਆ ਮੈਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਕਿ ਆ ਜਾਓ ਸਾਡੀਆਂ ਨਾ ਮੈਂ ਲਾਈਟਾਂ ਲਾਹੌਰੋਂ ਲੈ ਕੇ ਆਇਆ ਸੀ ਅਤੇ ਮੈਂ ਕਿਹਾ ਵੀ ਚਲੋ ਤੁਸੀਂ ਨਾ ਇਹ ਲਾਈਟਿੰਗ ਜਿਹੜੀ ਹੈ ਨਾ ਘਰ ਦੀ ਕੰਪਲੀਟ ਕਰ ਦਿਓ ਇਹ ਦੇਖੋ ਇਹ ਰਾਤ ਨੂੰ ਜ਼ਿਆਦਾ ਜਦੋਂ ਰਾਤ ਨੂੰ ਵਲੌਗ ਬਣਾਵਾਂਗੇ ਨਾ ਫਿਰ ਜ਼ਿਆਦਾ ਖੂਬਸੂਰਤ ਲੱਗਣਗੀਆਂ ਅਤੇ ਇਸ ਟਾਈਮ ਜਿਹੜਾ ਨਾ ਦਿਨ ਆ ਅਤੇ ਦਿਨ ਦੀ ਵਜ੍ਹਾ ਤੋਂ ਨਾ ਕੁਛ ਮੱਧਮ ਮੱਧਮ ਸੀਆਂ ਲੱਗ ਰਹੀਆਂ ਨਾ ਇੰਨਾ ਜ਼ਿਆਦਾ ਪਿਆਰਾ ਰਿਜ਼ਲਟ ਨਹੀਂ ਆ ਰਿਹਾ ਅਤੇ ਜੀ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਇਨਸ਼ਾਅੱਲਾ ਨੈਕਸਟ ਵੀਡੀਓ 'ਚ ਦੇਖਣ ਵਾਲੇ ਭੈਣ ਭਰਾ ਜ਼ਰੂਰ ਦੇਖਣ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨ